ਲੈ ਰੋਕਤਾ ਟੋਕਤਾ ਨਾਲੇ ਮੈਨੂੰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਆਪਣੇ ਸਹੁਰਿਆਂ ਦੇ ਪਿੰਡ ਆ ਗਈ ਗੰਢੂ ਹਾਂ ਆ ਗਈ ਫਿਰ ਪਹਿਲਾ ਰੱਬ ਵੀ ਖੁਸ਼ ਹੋ ਗਿਆ ਅੱਜ ਮੀਂਹ ਪਾਊਗਾ ਰੱਬ ਹਾਂ ਅੱਛਾ ਤੁਸੀਂ ਮੈਨੂੰ ਧੋਖਾ ਤਾਂ ਨਹੀਂ ਦਿੰਦੇ ਪਏ ਮੈਂ ਇਹ ਕਹਿਣਾ ਸੀ ਚਾਚਾ ਸਾਡੀ ਘਰੇ ਜਿਹੜਾ ਰਾਸ਼ਨ ਜਾਂਦਾ ਨਾ ਤੁਸੀਂ ਓਨਾ ਹੀ ਰਾਸ਼ਨ ਪਾ ਕੇ ਮਾਸੀ ਨੂੰ ਦੇ ਦਿਆ ਕਰੋ ਹਫ਼ਤੇ ਬਾਅਦ ਲੈ ਜਾ ਕਰੋ ਮਾਸੀ ਆਣ ਕੇ ਲੈ ਦੇਖ ਲਓ ਭਾਜੀ ਉਹ ਤਾਂ ਬਲੈਕਮੇਲ ਕਰਦੀ ਸੀ ਇਹਨੂੰ ਕੀ ਲੋੜ ਤੀ ਆਪਦਾ ਘਰ ਖਾਲੀ ਕਰਨ ਦੀ ਨਾ ਤਾਂ ਉਹ ਹਾਲਤ ਹੀ ਨਹੀਂ ਰਹੀਗੀ ਪਹਿਲਾਂ ਵਾਲੀ ਜੇ ਤੈਨੂੰ ਬਲੈਕਮੇਲ ਕਰਦੀ ਹੈ ਬਲੈਕਮੇਲ ਆਪਾਂ ਵੀ ਕਰਾਂਗੇ ਉਹਨੂੰ ਫਿਕਰ ਨਾ ਤੂੰ ਕਰ ਵਾਹ ਫੱਫੜ ਜੀ ਮੈਂ ਤੁਹਾਡਾ ਆਸਾਨ ਨਹੀਂ ਭੁੱਲਦਾ ਜੇ ਮੇਰਾ ਕੰਮ ਕਰ ਦੂੰ ਤੂੰ ਗਗਨ ਮਾੜਾ ਤਾਂ ਮਾਪੀ ਆ ਜਿਹੜਾ ਤੈਨੂੰ ਮੈਂ ਘਰੇ ਰੱਖਿਆ ਤੂੰ ਲੋਕਾਂ ਨੂੰ ਸਪਸ਼ਟੀਕਰਨ ਤਾਂ ਕਰ ਵੀ ਮੈਂ ਤੇਰੀ ਫਰੈਂਡ ਆ ਮੈਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਾਇਆ ਹੋਇਆ ਗੈਵੀ ਹੈਲੋ ਹੈਲੋ ਜੀਤਾ ਹਾਂਜੀ ਕਿਵੇਂ ਆ ਮੈਂ ਠੀਕ ਆ ਤੁਸੀਂ ਦੱਸੋ ਵਧੀਆ ਮੈਂ ਇੱਕ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਯਾਰ ਹਾਂ ਬੋਲੋ ਉਹ ਫੋਨ ਤੇ ਦੱਸਣੀ ਮੈਂ ਨਾ ਤੇਰੇ ਗੇਟ ਚ ਆਇਆ ਕਿ ਬਾਹਰ ਆਈ ਗੇਟ ਦੇ ਬਾਹਰ ਆ ਗਈ ਇੱਕ ਮਿੰਟ ਮੇਰਾ ਤਾਂ ਜੀ ਨਹੀਂ ਲੱਗਿਆ ਮੈਂ ਦਿਲ ਵਿਆ ਗਿਆ ਮੈਂ ਚੱਲ ਇਹਦਾ ਮੁਖੜਾ ਦੇਖ ਕੇ ਆਵਾਂ ਬਸ ਕਰਿਆ ਕਰੋ ਕੀ ਕਰਦੀ ਆ ਚੱਲੀ ਕਿੱਥੇ ਉੱਥੇ ਆਪਣੇ ਨਹਿਰ ਤੇ ਨਹਿਰ ਤੇ ਸ਼ਾਮ ਨੂੰ ਆਉਂਦੀ ਹਾਂ ਮੈਂ ਨਾ ਚੱਲ ਚੰਗਾ ਆ ਜੀ ਜਲਦੀ ਪੱਕਾ ਪੱਕਾ ਆ ਜੀ ਚੱਲ ਚੰਗਾ ਮੈਂ ਚੱਲਦਾ ਠੀਕ ਹੈ ਠੀਕ ਹੈ ਬਾਏ ਪਿਆਰ ਕਰਦਾ ਸਭ ਕੁਛ ਪਤਾ ਮੈਨੂੰ ਤੇਰੇ ਬਾਰੇ ਮੈਂ ਸਿਰਫ ਇੱਕ ਤੈਨੂੰ ਹੀ ਨਹੀਂ ਦੱਸਦੀ ਉਹ ਤਾਂ ਕਿ ਹਰ ਵਾਰੀ ਤੈਨੂੰ ਕਹਿ ਕੇ ਇਹਦਾ ਮੈਨੂੰ ਨੁਕਸਾਨ ਹੀ ਹੁੰਦਾ ਫਾਇਦਾ ਥੋੜ੍ਹਾ ਆਪਦੇ ਦਿਲ ਨਾਲ ਹੀ ਦੁੱਖ ਪਹੁੰਚਾਉਂਦੀ ਹਾਂ ਭਾਅ ਜੀ ਹਾਂ ਮੈਂ ਦੋ ਆਏ ਬਈਆ ਕੁਛ ਖਾਣਾ ਪੀਣਾ ਬਣਾ ਕੇ ਦਵਾਂ ਨਾ ਨਾ ਖਾਣਾ ਪੀਣਾ ਕੀ ਹੈ ਬਸ ਆ ਪਹਿਲਾਂ ਚਾਹ ਦੇ ਦਿੱਤੀ ਜੀਤਾਂ ਨੇ ਚਾਹ ਜੀ ਵੀ ਘਟਦੀ ਆ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਕੀ ਗੱਲ ਕਰਨੀ ਤੇ ਮੈਂ ਕਹਿਣੀ ਸੀ ਮੈਂ ਕਿਹਾ ਆਪਣੀ ਜੀਤਾਂ ਵਾਸਤੇ ਮੈਂ ਮੁੰਡਾ ਦੇਖਿਆ ਵਧੀਆ ਘਰ ਬਾਰ ਆਪਣੇ ਨਾਲ ਲੱਗਦੇ ਪਿੰਡਾਂ ਨੂੰ ਮੋਲ ਅੱਛਾ ਹਾਂ ਵਧੀਆ ਜ਼ਮੀਨ ਆਉਂਦੀ ਆ ਬਾਕੀ ਪਰਿਵਾਰ ਵੀ ਬਥੇਰਾ ਵਧੀਆ ਚੱਲ ਕੋਈ ਨਹੀਂ ਦੇਖ ਲਾਂਗੇ ਕਿਹ ਭਾਈ ਨੇ ਗੇ ਦੋ ਭਾਈ ਨੇ ਕੁੜੀ ਤਾਂ ਕੋਈ ਹੈ ਨਹੀਂ ਜ਼ਮੀਨ ਕਿੰਨੀ ਕੁ ਆਉਂਦੀ ਆ ਆਉਂਦੇ ਨੇ 7-7 8-8 ਕਿੱਲੇ ਦੋਨੇ ਭਰਾਵਾਂ ਨੂੰ ਠੀਕ ਆ ਮੈਂ ਪੱਕਾ ਪਤਾ ਕਰਿਆ ਭਾਜੀ ਵਧੀਆ ਨੇ ਅੱਛਾ ਉਹ ਤਾਂ ਹੀ ਪਹਿਲਾਂ ਪਤਾ ਵੀ ਕਰਿਆ ਦੀ ਮੈਨੂੰ ਦੱਸਿਆ ਕਿਸੇ ਬੰਦੇ ਨੇ ਤੇ ਉਹ 10 ਕਿੱਲੇ ਆਉਂਦੀ ਮੁੰਡੇ ਨੂੰ ਭਾਂ ਦੇ ਪਰਸ ਚ ਲੱਗਿਆ ਹੋਇਆ ਸੀਗਾ ਤੇ ਫਿਰ ਉਧਰ ਤਾਂ ਕਰਕੇ ਹੋ ਗਿਆ ਨਾ ਉਹ ਤੇਰੀ ਭੈਣ ਬਲਵੀਰ ਉਹ ਉਹਨੇ ਆ ਕਾਂਡ ਜਿਹਾ ਕਰਤਾ ਉਹਦੇ ਕਰਕੇ ਫਿਰ ਜਵਾਬ ਦੇ ਗਏ ਉਹ ਹੁਣ ਤੂੰ ਵੀ ਮੜੇ ਉਹਨਾਂ ਨੂੰ ਦੱਸਦੀ ਪਹਿਲਾਂ ਵੀ ਆਹ ਗੱਲਬਾਤ ਆ ਮੈਂ ਸਾਰੀ ਗੱਲਬਾਤ ਖੋਲ ਲਈ ਭਾਅ ਜੀ ਮੈਂ ਤੁਹਾਨੂੰ ਆਹੀ ਕਹਿੰਦੀ ਹਾਂ ਹੈ ਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਕੀ 'ਚ ਗਲਤੀ ਆ ਕੀ 'ਚ ਨਹੀਂ ਹੈਗੀ ਮੈਂ ਤੁਹਾਨੂੰ ਆਹੀ ਕਹਿੰਦੀ ਹਾਂ ਵੀ ਉਹ ਤਾਂ ਮੰਨੇ ਪਏ ਨੇ ਆਪਾਂ ਦੇਖ ਲੈਂਦੇ ਰਿਸ਼ਤਾ ਵਧੀਆ ਨਾਲੇ ਵਧੀਆ ਰਿਸ਼ਤੇ ਕਿਹੜਾ ਰੋਜ਼ ਰੋਜ਼ ਮਿਲਦੇ ਨੇ ਗੱਲ ਤਾਂ ਤੇਰੀ ਸਹੀ ਹੈ ਮੈਨੂੰ ਚੱਲ ਕੋਈ ਨਹੀਂ ਮੈਂ ਜੀਤਾਂ ਨਾਲ ਗੱਲ ਕਰੂੰਗਾ ਇਹਦੇ ਨਾਲ ਆਪਾਂ ਸਲਾਹ ਕਰ ਲਾਂਗੇ ਮੜੇ ਜਾ ਹਾਂ ਨਾ ਉਹ ਤਾਂ ਜ਼ਰੂਰੀ ਆ ਹਾਂ ਵੀ ਕੀ ਕਹਿੰਦੀ ਆ ਵੈਸੇ ਉਹ ਤਾਂ ਆਪਣੀ ਮੋੜਦੀ ਨਹੀਂ ਹੈਗੀ ਹੁਣ ਤਾਂ ਕੁੜੀ ਸਿਆਣੀ ਹੋ ਗਈ ਪਹਿਲਾਂ ਤਾਂ ਇਹ ਥੋੜ੍ਹਾ ਜਿਹਾ ਇਹਦੀ ਮਾਂ ਨੇ ਚੰਬੜਾ ਰੱਖੀ ਸੀ ਜਿੱਦੇ ਦਿਨ ਤੂੰ ਆਈ ਹੈ ਨਾ ਕੁੜੀ ਬਾਹਲੀ ਸਿਆਣੀ ਹੋ ਗਈ
ਕੱਲ ਉਦਾਸ ਜੀ ਹੋਈ ਫਿਰਦੀ ਸੀ, ਮੈਨੂੰ ਕਹਿੰਦੀ ਮੈਥੋਂ ਮਾਂ ਕਿਹਾ ਗਿਆ। ਮੈਂ ਕਿਹਾ ਫੇਰ ਕੀ ਹੋ ਗਿਆ ਜੇ ਮਾਂ ਕਿਹਾ ਗਿਆ, ਮੈਂ ਵੀ ਤਾਂ ਤੇਰੀ ਮਾਂ ਹੀ ਆ। ਮੈਂ ਕਿਹਾ ਉਹੀ ਤਾਂ ਗੱਲ ਆ, ਮੈਂ ਪੁੱਛਿਆ ਜੀ ਇਹਨੂੰ, ਮਾਂ ਤੇਰੀ ਮਾਸੀ ਤੇਰਾ ਖਿਆਲ ਵਧੀਆ ਰੱਖਦੀ ਆ? ਕਹਿੰਦੀ ਮੈਨੂੰ ਤਾਂ ਜਮੀਨ ਆਇਆ ਹੈਗਾ ਵੀ ਮੇਰੀ ਮਾਂ ਆਇਆ ਹੈਗਾ ਮਾਸੀ, ਮੈਨੂੰ ਤਾਂ ਆਪਣੀ ਮਾਂ ਵਾਂਗੂ ਹੀ ਲੱਗਦੀ ਆ ਕਹਿੰਦੀ। ਚੱਲ ਕੋਈ ਨਾ ਭਾਜੀ, ਕੀ ਲੈ ਜਾਣਾ ਇੱਥੇ, ਹੈ ਨਾ, ਪਿਆਰ ਸਤਿਕਾਰ ਦੇ ਨਾਲ ਜਾਣਾ, ਨਾਲੇ ਮੇਰਾ ਵੀ ਤਾਂ ਫਰਜ਼ ਹੈ ਇਹ। ਨਾਲੇ ਮੈਨੂੰ ਨਾ ਆ ਚਾਦਰ ਗੁਆਂਢਣ ਮੇਰੀ ਵੀ ਇਹ ਵੀ ਕਹਿੰਦੀ, ਕਹਿੰਦੀ ਜਿਹੜੀ ਇਹਦੀ ਭੈਣ ਆ ਕਹਿੰਦੀ ਤਾਂ ਬਾਹਲੀ ਵਧੀਆ ਕਹਿੰਦੀ। ਚਲੋ ਕੋਈ ਨਾ ਭਾਜੀ, ਤੁਸੀਂ ਵਧੀਆ ਤਾਂ ਮੈਂ ਵਧੀਆ, ਹੈ ਨਾ, ਤੁਸੀਂ ਵੀ ਤਾਂ ਸ਼ੁਰੂ ਤੋਂ ਮੈਨੂੰ ਆਪਣੇ ਬੱਚਿਆਂ ਵਾਂਗੂ ਰੱਖਿਆ, ਆਪਣੇ ਭੈਣ ਭਰਾਵਾਂ ਵਾਂਗੂ। ਹੁਣ ਤੇਰਾ ਫਰਜ਼ ਹੈ ਜੀਤਾਂ ਦਾ ਖਿਆਲ ਰੱਖਣਾ। ਹਾਂਜੀ, ਤੁਸੀਂ ਜਮਾ ਨਾ ਚਿੰਤਾ ਕਰੋ, ਹੈ ਉਹ ਮੇਰੀ ਵੀ ਤਾਂ ਹੋਤੀ ਹੈ, ਤੁਹਾਡੀ ਕਿਹੜਾ ਜ਼ਿਆਦੇ ਆ। ਉਹੀ ਤਾਂ ਗੱਲ ਆ, ਬਾਕੀ ਤੈਨੂੰ ਤਾਂ ਉਹਦੀ ਮਾਂ ਹੀ ਸਮਝਦੀ ਹੈਗੀ। ਹਾਂਜੀ ਹਾਂਜੀ, ਇਹ ਤਾਂ ਹੈ। ਕਿੱਧਰ ਗਈ ਜੀਤਾਂ? ਅੰਦਰ ਹੀ ਸੀ, ਕਹਿੰਦੀ ਮੈਂ 2 ਮਿੰਟ ਪੈਣੀ ਆ। ਮੈਂ ਕਿਹਾ ਚੱਲ ਕੋਈ ਨਾ ਪੈ ਜਾ, ਨਾ ਨੂ ਕੇ ਪੈ ਗਈ। ਮੈਂ ਕਿਹਾ ਚੱਲ ਆਰਾਮ ਕਰ ਲਾ। ਚਲ ਮੱਝਾਂ ਮੁੱਝਾਂ ਦੇਖਦਾ ਮੈਂ ਵੀ, ਫਿਰ ਸੰਨੀ ਜੀ ਕਰਦਾ। ਚੰਗਾ, ਚਾਹ ਬਣਾ ਕੇ ਦਵਾਂ ਭਾਜੀ? ਨਾ, ਚਾਹ ਤਾਂ ਮੈਨੂੰ ਹੁਣ ਜੀਤਾਂ ਨੇ ਦੇ ਦਿੱਤੀ, ਤੈਨੂੰ ਦੱਸਿਆ ਸੀਗਾ ਚਾਹ ਵੀ ਘੇਟਾ ਦੀ ਆ। ਅੱਛਾ ਜੀ, ਹਾਂ ਪਹਿਲਾਂ ਮੈਂ ਇੱਦਾਂ ਦਾ ਕਰਕੇ ਹਟਿਆ, ਪਾਣੀ ਪੂਣੀ ਪਿਲਾ ਲੈਣਾ। ਠੀਕ ਆ ਭਾਜੀ, ਸੰਨੀ ਤਾਂ ਰਲਾ ਦਿੱਤੀ। ਹਾਂਜੀ, ਉਹ ਕਿਹਾ ਵੀ ਛੱਡ ਦੇ ਯਾਰ ਫੋਨ, ਸਦਾ ਤੁਸੀਂ ਲੱਗੇ ਰਹਿਣਾ। ਉਹ ਖੜ ਜਾ ਸਤਿਗੁਰ, ਇੱਕ ਮਿੰਟ। ਹਾਂ ਉਹ ਯਾਰ ਸਤਿਗੁਰ ਆ, ਉਹੀ ਕਹੀ ਜਾਂਦਾ ਤਾਂ। ਇਹਦਾ ਵੀ ਯਾਰ ਬਾਹਲਾ ਹੋ ਗਿਆ, ਸਾਰਿਆਂ ਨੂੰ ਫੋਨ 'ਤੇ ਲੱਗਿਆ ਹੈਗਾ, ਉਹ ਤਾਂ ਮੈਨੂੰ ਵੀ ਨਹੀਂ ਖੁੱਲਦਾ। ਜੀਤਾਂ ਨੂੰ ਸੱਚੇ ਤਾਂ ਦੱਸਣਾ ਹੀ ਪੈਣਾ, ਉਹੀ ਵਿਚਾਰੇ ਨੂੰ ਧੋਖਾ ਕਰੀ ਜਾਂਦਾ, ਬਹੁਤ ਲੋਕ ਆ ਮਤਲਬ। ਚੱਲ ਠੀਕ ਆ, ਮੈਂ ਫਿਰ ਕਰਦਾ ਗੱਲ। ਹੈਂ, ਕੋਈ ਨਾ, ਓਕੇ, ਮਿਲਦਾ ਕੋਈ ਨਾ ਜਲਦੀ। ਚੰਗਾ, ਓਕੇ। ਹਾਂ ਸਤਿਗੁਰ, ਹੁਣ ਬੋਲ ਗਈ ਇਹਨਾਂ ਦੀ। ਉਹ ਚੱਲ ਚੰਗਾ ਯਾਰ, ਮੈਂ ਤਾਂ ਜਾਂਦਾ। ਉਹ ਕਿੱਧਰ ਜਾਂਦਾ ਤੂੰ? ਬੜਾ ਕੰਮ ਜਿਆ ਆ ਗਿਆ ਯਾਰ, ਖੇਤ ਪਾਣੀਆਂ ਛੱਡਿਆ। ਕੰਮ ਕੀ ਯਾਰ, ਤੂੰ ਹੁਣ ਬਾਹਲੀ ਦੂਰ ਦੂਰ ਜੇ ਰਹਿਣ ਲੱਗਾ, ਕੀ ਗੱਲ ਆ? ਜਾਣਾ, ਮੈਂ ਆਉਣਾ। ਚੱਲ ਫਿਰ ਫੋਨ ਕਰੂੰਗਾ ਤੈਨੂੰ। ਮਰਜ਼ੀ ਇੱਧਰ ਹੀ ਸਤਿਗੁਰ ਆ। ਲੈ, ਚੱਲ ਮੈਂ ਤੈਨੂੰ ਫੋਨ ਕਰੂੰਗਾ। ਚੰਗਾ ਸਾਲਾ, ਇਹ ਵੀ ਪਾਸਾ ਜਿਹਾ ਬਟਨ ਲੱਗ ਗਿਆ, ਪਤਾ ਨਹੀਂ ਕੀ ਹੋ ਰਿਹਾ ਇਹਨੂੰ, ਕੀ ਪਤਾ ਹੈ ਕੰਜਰ ਦਾ। ਚੱਲ ਕੌਣ ਹੈ? ਜੀਤਾ, ਸਤਿਗੁਰ ਤੂੰ ਇੱਥੇ? ਉਹ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਇੱਧਰ ਆ ਜਾ। ਹਾਂ ਦੱਸ। ਉਹ ਮੈਂ ਤੈਨੂੰ ਐਂ ਕਹਿਣਾ ਸੀ ਯਾਰ, ਗੈਵੀ ਤੇਰੇ ਲਾਇਕ ਨਹੀਂ ਹੈਗਾ, ਤੂੰ ਇਹਨਾਂ ਨਾਲ ਗੱਲ ਨਾ ਕਰਿਆ ਕਰ। ਕੀ ਹੋਇਆ? ਉਹ ਯਾਰ ਉਹਦਾ ਹੀ ਕੰਮ ਆ, ਕਦੇ ਕਿਸ ਕੁੜੀ ਨਾਲ ਗੱਲ, ਕਦੇ ਕਿਸ ਕੁੜੀ ਨਾਲ, ਮੈਥੋਂ ਰਿਹਾ ਨਹੀਂ ਗਿਆ, ਹੁਣ ਵਹਾਂ ਬਹੁਤ ਹੋ ਗਿਆ, ਤੂੰ ਉਹਦੇ ਨਾਲ ਗੱਲ ਨਾ ਕਰਿਆ ਕਰ, ਉਹ ਤੈਨੂੰ ਧੋਖਾ ਦੇ ਰਿਹਾ। ਪਰ ਉਹਨੇ ਤਾਂ ਵਿਆਹ ਕਰਾਉਣਾ। ਉਹ ਇਹ ਵਾਦੇ ਬਾਹਣੂ ਕੋਈ ਬੈਠਾ ਉਹ, ਮੈਂ ਹੁਣ ਕਿਸ ਦੇ ਦੱਸਾਂ ਤੈਨੂੰ? ਪਰ ਤੂੰ ਮੈਨੂੰ ਇਹ ਗੱਲ ਕਿਉਂ ਦੱਸਣ ਆਇਆ ਫਿਰ? ਮੈਂ ਤੇਰੇ 'ਤੇ ਵੀ ਤਾਂ ਸ਼ੱਕ ਕਰ ਸਕਦੀ ਹਾਂ ਨਾ। ਉਹ ਯਾਰ ਤੂੰ ਮੇਰੇ 'ਤੇ ਯਕੀਨ ਮੰਨ ਜਾਂ ਨਾ ਮੰਨ, ਪਰ ਮੈਨੂੰ ਦਿਲ ਤੋਂ ਹੋਇਆ ਵੀ ਚੱਲ ਤੈਨੂੰ ਮੈਂ ਸੱਚ ਦੱਸਦਾ ਸਾਰਾ ਜਾ ਕੇ, ਤਾਂ ਦੱਸਣ ਆਇਆ। ਇਹ ਗੱਲ ਸੱਚ ਆ ਨਾ? ਸੱਚ ਕਹਿ ਰਿਹਾ ਮੈਂ ਇਹ ਗੱਲ। ਅੱਜ ਕਿੱਥੇ ਸੀਗਾ ਉਹ? ਉਹ ਅਸੀਂ ਪਿੰਡ ਹੀ ਬੈਠੇ ਸੀ ਉੱਥੇ, ਉਦੋਂ ਫੋਨ 'ਤੇ ਲੱਗਿਆ ਹੋਇਆ ਸੀ, ਅਤੇ ਫਿਰ ਮੈਂ ਉੱਥੋਂ ਉੱਠ ਖੜਿਆ, ਉਦੋਂ ਵੀ ਇਹਦੇ ਵਿਆਹੀ ਗੱਲਾਂ।
ਮੇਰੇ ਬਾਰੇ ਕੀ ਕਹਿੰਦਾ ਸੀ? ਉਹ ਤੇਰੇ ਦਾ ਖਿਲਾਫ ਹੀ ਬੋਲਦਾ ਉਹ, ਕਦੇ ਕਦੇ ਉਹ ਕਰਦਾ ਤੇਰੀ ਗੱਲ ਤਾਂ। ਅੱਛਾ, ਹੁਣ ਕਿੱਥੇ ਮਿਲੇਗਾ ਉਹ? ਫੋਨ ਕਰਕੇ ਪੁੱਛ ਲਈ ਉਹਨੂੰ, ਮੈਂ ਤਾਂ ਇੰਨੀ ਗੱਲ ਕਰਦਾ ਨਹੀਂ ਹੈਗਾ ਉਹਦੇ ਨਾਲ। ਚੱਲ ਧੰਨਵਾਦ ਤੇਰਾ, ਤੂੰ ਮੈਨੂੰ ਦੱਸਦਾ, ਬਾਕੀ ਹੁਣ ਮੈਂ ਕਰਾਂ ਕੀ? ਉਹ ਮੈਂ ਤੈਨੂੰ ਇਹੀ ਕਹਿਣਾ ਵੀ ਆਪਦਾ ਪਾਸਾ ਵੱਟ ਲਾ, ਤੂੰ ਕੋਈ ਫਾਇਦਾ ਨਹੀਂ ਹੈਗਾ। ਸਹੀ ਕਹਿੰਦਾ ਤੂੰ, ਕਦ ਤੱਕ ਇਹਦੀਆਂ ਗਲਤੀਆਂ ਨੂੰ ਬਰਦਾਸ਼ਤ ਕਰੂੰਗੀ ਮੈਂ? ਹੁਣ ਤਾਂ ਮੈਨੂੰ ਇਹਨੂੰ ਅਲਵਿਦਾ ਕਹਿ ਹੀ ਦੇਣੀ ਚਾਹੀਦੀ ਆ। ਚੱਲ ਮੈਂ ਤੈਨੂੰ ਦੱਸਣ ਆਇਆ ਸੀ, ਤੂੰ ਸਮਝੀ? ਠੀਕ ਆ, ਸੱਚ ਹੀ ਕਹਿੰਦਾ ਹੋਏ ਵੀ ਇਹਨੂੰ ਝੂਠ ਮੋੜ ਭੁੱਲ ਕੇ ਕੀ ਮਿਲ ਜੂਗਾ। ਓ ਆ ਗਿਆ ਭਾਈ, ਆ ਗਿਆ ਆ ਗਿਆ, ਜੀਤਾਂ ਦੀ ਆਵਾਜ਼ ਲੱਗਦੀ। ਓ ਲੈ ਭਾਈ ਜੀਤਾਂ, ਆ ਜਾ ਪੁੱਤ, ਆ ਜਾ। ਹੋਰ ਠੀਕ ਆ ਪੁੱਤ? ਹਾਂਜੀ, ਆ ਜਾ। ਹੋਰ ਸੁਣਾ? ਬਸ ਠੀਕ ਆ। ਅੱਜ ਤੁਹਾਡੇ ਘਰੇ ਸ਼ਾਂਤੀ ਕਿਵੇਂ ਆ ਤਾਇਆ? ਉਹ ਸ਼ਾਂਤੀ ਦਾ ਪੁੱਤ ਗਈ ਹੋਈ ਆ ਆਪਦੇ ਪੇਕੀ। ਹੋਰ ਕੀ ਆ, ਹੋਰ ਸੁਣਾ ਤੂੰ? ਆਪਣਾ ਮੰਜਾ ਲੈ ਆ ਤਾਇਆ। ਹਾਂ ਪੁੱਤ, ਆਇਆ ਜੀਤਾ, ਬਹਿ ਜਾ ਪੁੱਤ। ਹੋਰ ਕਿਵੇਂ ਆਈ ਧੀ, ਇਹ ਦੱਸ। ਹਾਂ ਕਿਸੇ ਦੇ ਬਚ ਜੂਗਾ ਤਾਇਆ, ਤੁਹਾਨੂੰ ਪਤਾ। ਹੋਰ ਸੁਣਾ ਕਿਵੇਂ ਆਈ? ਮੈਂ ਤਾਂ ਵੈਸੀ ਤਾਇਆ, ਮੇਰਾ ਜੀ ਜਾ ਕਰਦਾ ਸੀ ਅੱਜ ਮਿਲਣ ਨੂੰ। ਚੱਲ ਵਧੀਆ, ਚੱਲ ਵਧੀਆ ਪੁੱਤ, ਚੱਲ ਇੰਨੇ ਨਾਲ ਮਨ ਹੌਲਾ ਹੋ ਜਾਂਦਾ ਹਨਾ। ਤਾਈ ਕਦੋਂ ਆਏਗੀ? ਉਹ ਗਈ ਤਾਂ 5 ਕੁ ਦਿਨਾਂ ਵਾਸਤੇ ਸੀ, ਮੈਂ ਆਖਿਆ ਚੱਲ ਲਾਈ 15-20 ਦਿਨ, ਕੁਛ ਨਹੀਂ ਹੁੰਦਾ, ਇੱਥੇ ਚੱਲੀ ਜਾਂਦਾ ਆਪੇ। ਘਰ ਵਿੱਚ ਤੈਨੂੰ ਪਤਾ ਸ਼ਾਂਤੀ ਰਹਿੰਦੀ ਆ, ਲੜਾਈ ਝਗੜਾ ਉਹ ਤਾਂ ਬੋਲੀ ਜਾਂਦੀ ਆ। ਉਸ ਦਿਨ ਤਾਂ ਬਹੁਤ ਖੁਸ਼ ਹੋਇਆ ਆਪਣੇ ਘਰੇ। ਚੱਲ ਛੱਡੋ ਪਰ, ਜੋ ਹੋਣਾ ਸੀ ਉਹ ਤੇ ਨੁਕਸਾਨ ਤਾਂ ਵਾਹਵਾ ਕਰਕੇ ਕਰੋ, ਕਿੰਨਾ ਸੋਹਣਾ ਸੋਹਣਾ ਲੱਗ ਗਿਆ। ਕੀ ਹੋਰ ਕੀ, ਤੇਰੀ ਮਾਂ ਨੇ ਨਹੀਂ ਬਚਿਆ, ਮੇਰਾ ਤਾਂ ਰਾਣੀ ਹਾਰ ਵੀ ਲੈ ਕੀਤਾ ਆ। ਅੱਛਾ, ਮੈਨੂੰ ਤਾਂ ਕਦੇ ਬਾਪੂ ਨੇ ਸੱਚ ਹੀ ਨਹੀਂ ਦੱਸਿਆ ਸੀ। ਤੇਰੀ ਮਾਂ ਕੋਲ, ਮੈਨੂੰ ਪਤਾ ਪੁੱਤ, ਤੇਰੀ ਮਾਂ ਬਹੁਤ ਸੋਹਣਾ ਲੈ ਕੇ ਆਈ ਸੀਗੀ, ਜਿਹੜੇ ਤੇਰੇ ਨਾਨਕੇ ਸੀ ਨਾ, ਬਹੁਤ ਤਕੜੇ ਬੰਦੇ ਨੇ। ਹਾਂ, ਗਾਂ ਜਿਹੜੀ ਤੇਰੀ ਨਾਨੀ ਸੀਗੀ, ਉਹਨਾਂ ਕੋਲ ਕੋਈ ਪਾਕਿਸਤਾਨ ਦਾ ਪੁਰਾਣਾ ਮਲ ਕੇ ਸੋਨਾ ਸੋਨਾ ਸੀਗਾ, ਉਹ ਦੱਸਦੀ ਹੁੰਦੀ ਸੀਗੀ ਗਾਂ ਦੀ ਗਾਂ ਤੋਂ। ਇੰਨਾ ਤੂੰ ਯਕੀਨ ਨਹੀਂ ਮੰਨਣਾ ਪੁੱਤ, ਵੀ ਸਾਰੇ ਪਿੰਡ ਦੇ ਵਿੱਚ ਇੰਨਾ ਮਲ ਕੇ ਸੋਨਾ ਨਹੀਂ ਜਿੰਨਾ ਤੇਰੀ ਮਾਂ ਲੈ ਕੇ ਆਈ ਸੀ। 30 ਕਿਲੋ ਸੋਨਾ ਲੈ ਕੇ ਆਈ ਹੋਣੀ ਘੱਟੋ ਘੱਟ, ਹਿਸਾਬ ਲਾ ਲਾ ਤੂੰ। ਅਤੇ ਤੇਰੀ ਮਾਂ ਕਹਿਣੀ ਹੁੰਦੀ ਸੀਗੀ, ਆਹ ਮੇਰੀ ਜੀਤਾਂ ਵਾਸਤੇ, ਆਹ ਮੇਰਾ ਇੱਦਾਂ ਵਾਸਤੇ, ਆਹ ਚਲੋ ਆਇਆ ਵੀ ਤੇਰੇ ਭਾਪੇ ਨਾਲ ਵਧੀਆ ਪਿਆਰ ਆਪਣਾ, ਉਹਦੇ ਕਰਕੇ ਹੀ ਸਾਰਾ ਚਲੋ ਘਰ ਦਾ ਭੇਤ ਊਂ ਤਾਂ ਕਾਹਨੂੰ ਕਿਸੇ ਨੂੰ ਦਿੰਦਾ ਹੈ ਨਾ। ਉਹ ਆਇਆ ਸੀ ਆਪਣਾ, ਹੁਣ ਪਰਿਵਾਰ ਬਣਿਆ ਗਾ, ਜਾਂਦੇ ਹੁਣ ਤੇਰੇ ਡੈਡੀ ਨਾਲ ਤਾਂ ਇਕੱਠੇ ਖਾਂਦੇ ਪੀਂਦੇ ਪੁੱਤ, ਸਾਰਾ ਕੁਛ ਕੜੇ ਇਕੱਠੇ ਸਾਰਾ ਕੁਛ ਹੈ ਨਾ, ਬਹੁਤ ਮਾੜਾ ਹੋਇਆ। ਤਾਂ ਉਹ ਜਿਹੜੀ ਨਾਲ ਆਈ ਸੀ ਉਹ ਕਮੀ ਹੋਈ ਹੈ, ਤਾਂ ਆਪਾਂ ਸੋਚ ਵੀ ਨਹੀਂ ਸਕਦੇ ਸੀ ਵੀ ਕੀ ਪਲਾਨ ਹੋ ਗਿਆ ਪੁੱਤ। ਪਤਾ ਕੀ ਆ, ਆਪਾਂ ਅੱਜ ਕੱਲ੍ਹ ਇਹ ਸੋਚਦੇ ਹਾਂ ਕਿ ਹਰ ਬੰਦਾ ਆਪਣੇ ਵਰਗਾ, ਪਰ ਇਹ ਦੁਨੀਆ ਬਹੁਤ ਸ਼ਾਤਰ ਦਿਮਾਗਦੀ ਆ। ਠੀਕ ਹੈ, ਇਹ ਜੇ ਆਪਾਂ ਇਹਨਾਂ ਨੂੰ ਪਨਾਹ ਦਿੰਦੇ ਹਾਂ ਨਾ, ਆਪਣੀ ਜ਼ਿੰਦਗੀ ਚਲਾ ਲਓ ਜਾਂ ਆਪਣੇ ਘਰ ਚਲਾ ਲਓ, ਅਤੇ ਇਹ ਆਪਣੇ 'ਤੇ ਨਾ ਪੁੱਠੀ ਪੈਂਦੀ ਆ। ਬਿਲਕੁਲ ਬਿਲਕੁਲ। ਸੋ ਮੈਂ ਤਾਂ ਇੱਕੋ ਹੀ ਗੱਲ ਕਹਿੰਦੀ ਹਾਂ ਤਾਇਆ ਜੀ, ਮਦਦ ਕਰਨੀ ਹੈ ਤਾਂ ਸੋਚ ਸਮਝ ਕੇ ਕਰੋ। ਨਹੀਂ ਨਹੀਂ ਭਾਈ, ਕੋਈ ਜਵਾਨਾ ਨਹੀਂ ਹੁਣ ਰਿਹਾ, ਹੁਣ ਤਾਂ ਭੁੱਖੇ ਨੂੰ ਰੋਟੀ ਦੇਣਾ ਸਮਝੋ ਕਿ ਆਪਣੇ ਆਪ ਨੂੰ ਫਾਂਸੀ ਦੇਣ ਦੇ ਬਰਾਬਰ ਆ। ਬਿਲਕੁਲ ਸਹੀ ਗੱਲ ਆ ਪੁੱਤ ਤੇਰੀ, ਹੈ ਨਾ, ਕੀ ਬੰਦਾ ਕੁਛ ਨਹੀਂ ਕਰ ਸਕਦਾ, ਕਿਹਦੀ ਮਦਦ ਕਰਕੇ ਬੰਦਾ ਪਛਤਾਉਂਦਾ ਰਹਿੰਦਾ।
ਹੈ ਨਾ, ਉਹ ਦੇਖ ਲਾ ਕਿੰਨੇ ਕੁ ਦਿਨ ਰੱਖੀ ਸੀਗੀ, ਜਲੂਸ ਕੱਟ ਗਈ ਸਾਰਾ ਪਿੰਡ ਦੇ ਵਿੱਚ। ਆ ਫੜ ਜੀ ਘਰੇ ਆ। ਨਾ ਨਹੀਂ, ਕਿੰਨੇ ਕੁ ਮੁੰਡੇ ਲੁੱਟ ਕੇ ਖਾ ਗਈ ਉਹ, ਆਉਂਦੀ ਮੈਂ ਉਹਦੀ ਵਾਈਫ ਹਾਂ ਦੱਸ। ਪਰ ਭਲਾ ਜ਼ਮਾਨਾ ਤਾਂ ਖਤਮ ਹੋ ਗਿਆ ਭਾਈ, ਹੁਣ ਨਹੀਂ ਉਹ ਜ਼ਮਾਨੇ ਰਹੇ ਹੈ ਨਾ। ਉਹ ਤੇਰਾ ਭਲਾ, ਇਹਦਾ ਪੁੱਤ ਗੈਵੀ ਆ। ਉਹ ਗੈਵੀ ਆ ਜਾ ਪੁੱਤ, ਆ ਜਾ ਆ ਜਾ ਸ਼ੇਰਾ, ਐ ਕਰੋ ਕੁਰਸੀ ਚੁੱਕ ਲਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਉਂਦਾ ਉਹ ਕੁਰਸੀ ਚੁੱਕ ਲਾ। ਜੀਤਾ ਆਈ ਹੋਈ ਅੱਜ, ਉਹ ਆ ਜਾ ਪੁੱਤ ਆ ਜਾ, ਇੱਥੇ ਇੱਥੇ ਕਰ ਲਾ ਕੁਰਸੀ। ਹੋ ਫੁੱਫੜ ਜੀ ਕਿਵੇਂ ਹੋ? ਸਾਰਾ ਵਧੀਆ, ਤੂੰ ਆਪਣਾ ਸੁਣਾ ਕਿਵੇਂ ਆ? ਵਧੀਆ ਵਧੀਆ ਫੁੱਫੜ ਜੀ। ਬਾਪੂ ਦਾ ਠੀਕ ਹੈ ਤੇਰਾ? ਹਾਂ ਠੀਕ ਠਾਕ ਜੀ। ਚਲੋ ਵਧੀਆ, ਤੇਰੀ ਮਾਂ ਕਿਵੇਂ ਹੈਗੀ? ਵਧੀਆ ਰਹਿੰਦੀ ਹੈ ਨਾ? ਸਾਰਾ ਵਧੀਆ ਕੰਮ ਕਾਰ ਤਾਂ? ਹਾਂ ਹਾਂ ਹਾਂ। ਆ ਕੀ ਚੱਕੀ ਫਿਰਦਾ ਤੂੰ? ਉਹ ਤਾਂ ਬਸ ਗਾਣਾ ਆ ਤੀ, ਉਹਦਾ ਐਗਰੀਮੈਂਟ ਹੀ ਸੀ। ਅੱਛਾ, ਇਹਨਾਂ ਦੇ ਵੀ ਕੁਝ ਹੁੰਦੇ ਨੇ ਐਗਰੀਮੈਂਟ ਸ਼ੈਗਰੀਮੈਂਟ ਜੀ? ਹੋਰ ਫੁੱਫੜ ਜੀ, ਇਹ ਸਾਰਾ ਕੁਝ ਕਰਨਾ ਪੈਂਦਾ ਇਹਨਾਂ ਅਗਲੇ, ਫਿਰ ਕੱਲ ਨੂੰ ਗਾਣਾ ਕਰਾ ਕੇ ਮੁੱਕਰ ਜੇ, ਸਾਰੇ ਪੈਸੇ ਪੂਸੇ ਲੈਣੇ ਪੈਂਦੇ ਨਾ, ਤਾਂ ਕਰਕੇ ਇਹਦੇ ਕਰਕੇ ਪੈਸੇ ਮਿਲਦੇ ਆ। ਹਾਂ, ਕੰਪਨੀ 'ਚ ਦੇਣਾ ਪੈਂਦਾ ਸਾਰਾ ਕੁਝ। ਲੈ ਕੁੜੀਏ ਮੇਰੀ ਗੱਲ ਸੁਣ ਲੈ, ਤੂੰ ਵੀ ਗਾਉਣ ਵਾਲੀ ਆ ਵਧੀਆ, ਤੂੰ ਸਿੱਖ ਲਾ ਫਿਰ, ਤੂੰ ਵੀ ਭਰਾ ਲੈ ਕਰੀ ਮਰ ਜਾਣੀਏ। ਹੁਣ ਟਰਾਈ ਕਰ ਰਿਹਾ ਨਾ ਤਾਂ ਕਰਕੇ। ਅੱਛਾ, ਤੇ ਮੈਂ ਇੱਧਰੋਂ ਆਇਆ ਸੀ ਇਹ ਫੜਨੇ ਦੀ ਕਾਗਜ਼ੇ ਵਕੀਲ ਸਾਹਿਬ ਤੋਂ। ਅੱਛਾ ਅੱਛਾ, ਤੇ ਫਿਰ ਮੈਂ ਚਲੋ ਮੈਂ ਫੁੱਫੜ ਗਣੀ ਗੇੜਾ ਮਾਰਾਂ। ਚਲ ਵਧੀਆ ਵਧੀਆ ਵਧੀਆ, ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ। ਹਾਂ, ਹੁਣ ਭਾਈ ਤੁਹਾਡਾ ਆਪਸ ਵਿੱਚ ਵਧੀਆ ਦੋਨਿਆਂ ਦਾ, ਠੀਕ ਹੈ ਨਾ? ਬਾਕੀ ਰਜਾਮੰਦੀ ਨਾਲ ਸਾਰਾ ਆਪਦਾ ਪਰਿਵਾਰ ਨਾਲ ਗੱਲਬਾਤ ਕਰ ਲਓ ਜੋ ਹੁੰਦਾ, ਠੀਕ ਹੈ ਨਾ? ਰੋਜ਼ ਦਾ ਵੀ ਇੱਦਾਂ ਆਉਣਾ ਜਾਣਾ ਪੁੱਤ ਬਹੁਤ ਬੁਰਾ ਲੱਗਦਾ, ਠੀਕ ਹੈ ਨਾ? ਇਹ ਤਾਂ ਹੈ, ਤੁਸੀਂ ਕਰ ਲਿਓ ਕੁਝ ਨਾ, ਮੈਂ ਜਿੰਨਾ ਸਹਿਯੋਗ ਹੋ ਸਕਿਆ ਮੈਂ ਬਾਈ ਨੂੰ ਕਹਿ ਦੂੰਗਾ ਵੀ ਕੋਈ ਗੱਲ ਨਹੀਂ, ਠੀਕ ਹੈ ਨਾ? ਚਲੋ ਐਵੇਂ ਸੁੱਖ ਨਾਲ ਜ਼ਮੀਨ ਜਾਇਦਾਦ ਸੋਹਣੀ ਆ ਸਾਰੀ, ਵੀ ਫਿਰ ਤੂੰ ਬੰਦਾ ਬਣ ਜੀ ਫਿਰ, ਹੁਣ ਗਾਂ ਨੂੰ ਇਹ ਗੱਲ ਸੁਣ ਲਾ, ਪਿਆਰ ਸੁਣ ਲਾ, ਲਾਂਭਾ ਨਾ ਦਵਾ ਦੀ ਫਿਰ। ਆਹ ਗੜਾਸਾ ਰੱਖਿਆ ਫਿਰ ਦੇਖ ਲਾ, ਹਾਂ ਦੇਖ ਲਾ ਗੜਾਸਾ, ਇਹਦੇ ਨਾਲ ਲੱਤ ਪੜਨਾ ਕੁੜੀ ਇਹਦੀ, ਠੀਕ ਹੈ ਫਿਰ? ਨਾ ਸੋਡੀ ਅੱਗ ਆਈ ਕੰਮ ਰਹਿਣ ਦੇ ਬਸ, ਦੇਖ ਲਾ ਫਿਰ। ਨਾ ਨਾ ਰਹਿਣ ਦੇ ਬਸ, ਕਿਆ ਬਤਾ ਪਵਾੜਾ ਪਵਾ ਦੋਗੇ? ਹਾਂ ਤਿਆਰ ਕੀ ਤੂੰ ਗਾਂ? ਹਾਂ ਹੁਣ ਨਹੀਂ ਕੋਈ ਤੇਰੀ ਸ਼ਿਕਾਇਤ ਹੋਣੀ ਚਾਹੀਦੀ, ਠੀਕ ਹੈ? ਪਰ ਤੁਹਾਨੂੰ ਐਕਟਿੰਗ 'ਚ ਲਵਾਂਗੇ ਵੀਡੀਓ 'ਚ ਜਿਹੜਾ। ਅੱਛਾ, ਹਾਂ ਐਕਟਿੰਗ 'ਚ? ਹਾਂ ਵਧੀਆ, ਲੈ ਵਧੀਆ, ਹੋਰ ਸਰਦਾਰ ਸਿੱਖੋ ਤੁਸੀਂ ਜਮਾਂ। ਤੇਰੀ ਭੂਆ ਨੂੰ ਵੀ ਲੈ ਲਈ ਫਿਰ ਨਾਲ? ਭੂਆ ਨੂੰ? ਭੂਆ ਲੜਨਾ ਪਵੇ? ਲੜਪੂਗੀ, ਲੜਪਣਾ ਪਵੇ? ਹਾਂ ਕੁਛ ਨਾ, ਲੜਦੀ ਦਿਖਾ ਦਾਂਗੇ, ਕਿਤੇ ਦੂਜੀ ਭੂਆ ਵੀ ਹੋਰ ਬਣਾਉਣੀ ਪੈ ਜੇ ਕਿਤੇ। ਉਹਦਾ ਬਹੁਤ ਖਤਰਨਾਕ ਹੈ, ਉਹ ਨਹੀਂ ਬਣਾਉਣ ਦਿੰਦੀ ਕਿਸੇ ਨੂੰ। ਨਾ ਪਾਪਾ, ਚੋਰੀ ਚੋਰੀ ਬਣਾ ਲਿਆ। ਨਾ 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 ਭਾਈ, ਉਹ ਕਿੱਥੇ ਜਾ ਰਹੀ ਹੈ? ਉਹ ਮੇਰੇ ਉਹ ਗਈ ਹੋਈ ਹੈਗੀ ਉਹਦੇ। ਅੱਛਾ, ਤਾਈਓ ਮਾ ਕਰੇ ਘਰੇ ਦਿਖ ਨਹੀਂ ਰਹੀ? ਨਹੀਂ ਹੁਣ ਤਾਂ ਆ ਜਾਂਦੀ ਮੇਰੀ ਆਵਾਜ਼ ਸੁਣ ਕੇ ਤਾਂ। ਹੋਰ ਕੀ ਆ, ਉਹ ਤਾਂ ਹੁਣ ਤਾਈਓ ਮਾ ਇਹ ਪੁੱਛ ਰਹੀ ਸੀਗੀ, ਕਹਿੰਦੀ ਬੜੀ ਸ਼ਾਂਤੀ ਆ ਮਾ, ਸ਼ਾਂਤੀ ਤਾਂ ਭਾਈ ਗਈ ਹੋਈ ਹੈ ਕਿਤੇ। ਜੀਤਾ ਕਿਵੇਂ ਚੁੱਪ ਜੀ ਬੈਠੀ ਆ? ਬਸ ਤੁਸੀਂ ਗੱਲਾਂ ਕਰੀ ਜਾਂਦੇ ਸੀ, ਮੈਂ ਸੋਚਿਆ ਮੈਂ ਸੁਣ ਲਵਾਂ। ਠੀਕ ਠੀਕ, ਚਲੋ ਵਧੀ। ਇੱਧਰ ਰੈਸਟੋਰੈਂਟ 'ਚ ਕੰਮ ਆਈ ਸੀ? ਹਾਂ ਬਸ ਆਹ ਫੜਨੇ ਸੀ ਫਾਈਲ, ਤਾਂ ਕਰਕੇ ਇੱਧਰ ਆਏ ਸੀ ਮੈਂ। ਚਲੋ ਆਪਣੇ, ਚਲੋ ਤੁਸੀਂ ਮਿਲਣਗੇ। ਹੁਣ ਤੇਰੀ ਭੂਆ ਤਾਂ ਗਈ ਹੋਈ ਆ? ਹਾਂਜੀ। ਹੁਣ ਚਾਹ ਪਾਣੀ ਦੱਸ ਮੈਂ ਕਵਾਂ ਜੀਤਾਂ ਨੂੰ ਫਿਰ? ਨਾ ਨਾ ਨਾ, ਬਸ ਦੇਖ ਲੈ ਫਿਰ ਤੂੰ ਆਏ ਨਾ। ਬਸ ਕੁਛ ਲੋੜ ਨਹੀਂ, ਬਾਹਰ 'ਚੋਂ ਗੱਲਾਂ ਕਰ ਲਾਂਗੇ, ਜੇ ਬਣਾਉਣੀ ਤਾਂ ਬਣਾ ਲਓ, ਚੱਕਰ ਪੀ ਲਾਂਗੇ, ਦੇਖ ਲਾ। ਹੈਂ ਤੂੰ ਸਿੱਧਾ ਕਹਿ ਚਾਹ ਪੀਣੀ ਆ, ਉਹ ਵੀ ਜੀਤਾਂ ਦੇ ਹੱਥ ਦੀ। ਚਲੋ ਐ ਕਰੋ, ਜੇ ਤੁਸੀਂ 2 ਮਿੰਟ ਗੱਲਬਾਤ ਕਰਨੀ ਕਰ ਲੋ, ਮੈਂ 2 ਮਿੰਟ ਚਲੋ ਮੱਝਾਂ ਦੇਖ ਲੈਣਾ। ਨਹੀਂ ਨਹੀਂ, ਕੋਈ ਗੱਲਬਾਤ ਨਹੀਂ ਕਰਨੀ।
ਉਹ ਮੱਝ ਪੁੱਤ ਤੁਰੀ ਫਿਰਦੀ ਆ, ਮੈਂ ਮਾੜਾ ਦੇਖ ਲਾਂ। ਤੁਰੀ ਫਿਰਦੀ ਆ, ਤੁਰ ਲੋ ਤੁਰ ਲੋ ਜੀ। ਓ ਲੈ ਕਰੋ ਦੋ ਮਿੰਟ ਗੱਲਾਂ ਤੁਸੀਂ। ਇਹ ਲੈ ਜਿੱਤਾ ਕੱਪੜ ਵੀ ਸਾਰੇ ਦਿੱਲੀਆਂ ਗੱਲਾਂ ਜਾਣਦਾ। ਇੱਥੇ ਕਿਉਂ ਬਹਿ ਗਏ? ਉਹ ਕੁਛ ਨਹੀਂ ਹੁੰਦਾ, ਕੱਪੜ ਸਾਰੇ ਜਾਣੂ ਜਾਣਾ ਬਾ, ਪੱਪੜ ਨੂੰ ਕਿਹੜਾ ਪਤਾ ਨਹੀਂ ਗਾ। ਤੈਨੂੰ ਪਤਾ ਗਾਣਾ ਆ ਗਿਆ ਆਪਣਾ, ਦਿਖਾਇਓ ਇਹ ਕੀ ਆ ਐਗਰੀਮੈਂਟ। ਤੈਨੂੰ ਵੀ ਕਰਨੇ ਪੈਣੇ ਕਿਤੇ ਮਹੀਨਾ, ਤੂੰ ਬੌਂਡ ਬੁੰਡ ਹੋ ਜਾਈ ਕਿਸੇ ਨਾਲ। ਨਾ ਨਾ, ਮੈਂ ਨਹੀਂ ਬੌਂਡ ਹੁੰਦੀ ਕਿਸੇ ਨਾਲ। ਬਸ ਤੇਰਾ ਹੁਣ ਗਾਣਾ ਆ ਗਿਆ, ਬਸ ਜਲਦੀ ਉਹ ਵੀ ਰਿਲੀਜ਼ ਕਰ ਦੇ, ਠੀਕ ਹੈ? ਧੰਨਵਾਦ। ਚਲੋ ਫੜਾ ਕੇ ਕਿਤੇ ਮੁੰਡਾ ਸੰਗੀ ਲੱਗਦੀ ਆ ਤੋ। ਉਹ ਆਇਆ ਫੁੱਪੜ, ਕਿੱਧਰ ਵਗ ਗਿਆ? ਮੈਂ ਤੁਹਾਡੇ ਨਾਲ ਗੱਲ ਐਵੇਂ ਕਰਨੀ ਸੀ ਕਿ ਤੁਸੀਂ ਫਿਰ ਇਹ ਨਾ ਸੋਚੋ ਕਿ ਤੁਹਾਨੂੰ ਜੀਤਾ ਨੇ ਦੱਸਿਆ ਨਹੀਂ। ਹਾਂ ਹਾਂ, ਗੈਬੀ ਸਹੀ ਮੁੰਡਾ ਨਹੀਂ ਹੈਗਾ। ਸਹੀ ਨਹੀਂ ਹੈਗਾ? ਮੈਨੂੰ ਸਾਰਿਆਂ ਨੇ ਆਣ ਕੇ ਇਹ ਗੱਲ ਦੱਸੀ ਆ, ਗੈਬੀ ਦੀ ਇੱਕ ਕੁੜੀ ਨਾਲ ਨਹੀਂ ਬਹੁਤ ਨਾਲ ਗੱਲਬਾਤ ਆ। ਹਰ ਵਾਰੀ ਮੇਰਾ ਦਿਲ ਟੁੱਟਦਾ। ਤੁਹਾਨੂੰ ਮੈਂ ਤਾਂ ਇਹ ਗੱਲ ਦੱਸਦੀ ਹਾਂ ਕਿਉਂਕਿ ਤੁਸੀਂ ਮੇਰੇ ਪਿਓਾਂ ਵਰਗੇ ਹੋ। ਚਲੋ ਤੁਹਾਡਾ ਉਹਦੇ ਨਾਲ ਵੀ ਰਿਸ਼ਤਾ, ਮੇਰੇ ਨਾਲ ਤਾਂ ਤੁਹਾਨੂੰ ਪਤਾ ਹੀ ਆ, ਬਚਪਨ ਤੋਂ ਹੀ ਤੁਸੀਂ ਮੈਨੂੰ ਖੜਾਉਂਦੇ ਆਏ ਹੋ। ਪਰ ਤਾਇਆ ਜੀ, ਗੱਲ ਐਵੇਂ ਆ ਕਿ ਉਹਦੇ ਦੋਸਤ ਨੇ ਵੀ ਮੈਨੂੰ ਇਹ ਗੱਲ ਦੱਸੀ ਆ, ਅਤੇ ਇਹਨੂੰ ਮੈਂ ਆਪ ਵੀ ਬਹੁਤ ਵਾਰੀ ਅੱਖਾਂ ਨਾਲ ਦੇਖਿਆ। ਹੁਣ ਤਾਂ ਮੈਂ ਅੰਦਰ ਹੀ ਟੁੱਟ ਗਈ ਤਾਇਆ ਜੀ, ਵਿਆਹ ਤਾਂ ਦੂਰ ਦੀ ਗੱਲ ਆ, ਹੁਣ ਤਾਂ ਮੈਂ ਸੋਚ ਵੀ ਨਹੀਂ ਸਕਦੀ। ਹੱਦ ਹੋ ਗਈ, ਉਹਦਾ ਕਹਿੰਦਾ ਸਾਰਾ ਠੀਕ ਠਾਕ ਹੈ। ਨਹੀਂ ਤਾਇਆ ਜੀ, ਇਹ ਕੀ ਗੱਲ ਹੋ ਗਈ ਫਿਰ? ਮੈਂ ਗੱਲ ਦੱਸਾਂ ਤੁਹਾਨੂੰ, ਸੱਚਾਈ ਕੀ ਹੁੰਦੀ ਆ ਇਹ ਉਹ ਬੰਦੇ ਨੂੰ ਪਤਾ ਹੁੰਦਾ ਜਿਹਦੇ 'ਤੇ ਬੀਤਦੀ ਆ। ਕਹਿਣ ਨੂੰ ਤਾਂ ਲੋਕ ਬਹੁਤ ਕੁਛ ਕਹਿ ਦਿੰਦੇ ਆ, ਅਤੇ ਉਹੀ ਗੱਲ ਗੈਵੀ ਦੀ ਆ। ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਏ, ਪਰ ਸੱਚ ਮੈਨੂੰ ਪਤਾ ਨਾ ਕੀ ਆ। ਇਹ ਤਾਂ ਪੁੱਤ, ਮੈਂ ਤਾਂ ਤੂੰ ਮੈਨੂੰ ਚੱਕਰਾਂ 'ਚ ਪਾਤਾ, ਮੈਂ ਤਾਂ ਕੁਝ ਹੋਰ ਹੀ ਸਮਝ ਹੀ ਬੈਠਾ ਸੀਗਾ ਵੀ ਹੁਣ ਚਲੋ ਠੀਕ ਹੈ, ਸੁਧਰ ਗਿਆ। ਜਿਹੜੇ ਇਨਸਾਨ ਨੂੰ ਇੱਕ ਵਾਰੀ ਮਾੜੀ ਲੱਤ ਲੱਗ ਜਾਵੇ ਨਾ, ਉਹ ਕਦੇ ਨਹੀਂ ਸੁਧਰ ਸਕਦਾ। ਇਹ ਤੁਹਾਡਾ ਵਹਿਮ ਆ ਕਿ ਉਹ ਸੁਧਰ ਜੂਗਾ। ਚਲ ਪੁੱਤ, ਹੁਣ ਤੂੰ ਆਪਦਾ ਭਾਈ ਸੋਚ ਸਮਝ ਕੇ ਆਪਦਾ ਤੂੰ ਜਿਹੜਾ ਫੈਸਲਾ ਲਈ ਉਹ ਤੇਰੇ ਹੱਥ ਵਿੱਚ, ਜਿਵੇਂ ਤੈਨੂੰ ਚੰਗਾ ਲੱਗ, ਠੀਕ ਹੈ ਨਾ? ਦੇਖ, ਅਸੀਂ ਤੇਰੇ ਨਾਲ ਖੜੇ ਪੁੱਤ, ਤੇਰੇ ਨਾਲ ਹਮਦਰਦੀ ਆ, ਆਪਣਾ ਪਰਿਵਾਰਕ ਜਿਹੜਾ ਰਿਸ਼ਤਾ ਉਹ ਹੈਗਾ, ਠੀਕ ਹੈ ਨਾ? ਬਾਕੀ ਉਹ ਤੁਹਾਡੇ ਘਰ ਵਾਲਾ ਉਹਦੇ ਕਰਕੇ ਦੁੱਖ ਹੈ, ਠੀਕ ਹੈ ਨਾ? ਝਟਕਾ ਲੱਗਿਆ ਸਾਨੂੰ ਵੀ ਬਹੁਤ ਵੱਡਾ, ਧੋਖਾ ਹੋਇਆ ਤੁਹਾਡੇ ਘਰ ਵਿੱਚ, ਤਾਂ ਤੁਹਾਨੂੰ ਵੀ ਪਤਾ ਕਿ ਪਰ ਆਹ ਮੈਨੂੰ ਹੁਣ ਉਦੋਂ ਵੀ ਝਟਕਾ ਲੱਗਿਆ, ਇਹ ਤਾਂ ਬਹੁਤ ਵੱਡਾ ਝਟਕਾ ਮੈਨੂੰ ਵੀ। ਹੁਣ ਤਾਂ ਮੈਨੂੰ ਤਾਂ ਕਸਮਾਂ ਖਾਂਦਾ ਸੀ, ਸਵਾਹ ਖਾਂਦਾ ਸੀਗਾ ਵੀ ਮੈਂ ਠੀਕ ਠਾਕ ਆ ਸਾਰਾ। ਨਹੀਂ ਤਾਇਆ ਜੀ, ਇਹ ਆਪਣਾ ਕੋਈ ਵੀ ਮੁੰਡਾ ਕਦੇ ਵੀ ਕਿਸੇ ਦਾ ਐਵੇਂ ਕਰ ਨਹੀਂ ਸਕਦਾ। ਇਹ ਵਹਿਮ ਹੁੰਦਾ ਆਪਣਾ, ਕੋਈ ਆਪਣਾ ਦਿਲੋਂ ਕਰੂਗਾ। ਚੰਗਾ ਤਾਇਆ ਜੀ, ਚਲੋ ਠੀਕ ਆ ਪੁੱਤ, ਫਿਰ ਤੂੰ ਤਾਂ ਮੈਨੂੰ ਸੋਚਣ ਲਈ ਮਜਬੂਰ ਕਰਤਾ ਭਾਈ ਕੁੜੀਏ। ਚਲੋ ਆਪਦਾ ਤੂੰ ਦੇਖ ਲਈ ਜਿਵੇਂ ਤੈਨੂੰ ਲੱਗਿਆ ਭਾਈ, ਆਪਦਾ ਤੂੰ ਰੱਖੀ, ਠੀਕ ਹੈ ਨਾ? ਦੇਖ ਗੱਲ ਇਹ ਵੀ ਕੱਲ੍ਹ ਨੂੰ ਤੂੰ ਤੰਗ ਨਾ ਹੋਈ, ਠੀਕ ਹੈ ਨਾ? ਤੇਰਾ ਪਿਓ ਤੰਗ ਹੋਵੇ, ਜੇ ਤੇਰੇ ਪਿਓ ਨੂੰ ਦੁੱਖ ਹੈ ਤਾਂ ਮੈਨੂੰ ਦੁੱਖ ਹੈ, ਸਮਝ ਲਾ। ਤਾਇਆ ਜੀ, ਹਾਂ ਪੁੱਤ, ਤੁਸੀਂ ਮੈਨੂੰ ਬਚਪਨ ਤੋਂ ਖੜਾਇਆ ਅਤੇ ਮੈਂ ਤੁਹਾਨੂੰ ਆਪਣਾ ਪਿਓ ਵੀ ਮੰਨਦੀ ਹਾਂ। ਤੁਹਾਨੂੰ ਮੈਂ ਇੱਕ ਵਾਰੀ ਮਿਲ ਲਾਂ? ਇੱਕ ਨਹੀਂ ਪੁੱਤ, 10 ਵਾਰੀ ਮਿਲ। ਪਰ ਤੂੰ ਇਹੋ ਜਿਹੀ ਗੱਲਾਂ ਕਿਉਂ ਕਰੀ ਜਾਂਦੀ ਅੱਜ? ਤੂੰ ਠੀਕ ਤਾਂ ਹੈ ਨਾ?
ਜੁਗ ਜੁਗ ਜੀ ਮੇਰੀ ਧੀ, ਵਾਹਿਗੁਰੂ ਤੈਨੂੰ ਲੰਮੀ ਉਮਰਾਂ ਬਖਸ਼ੇ। ਤੂੰ ਠੀਕ ਹੈ ਨਾ? ਜੇ ਕੋਈ ਗੱਲਬਾਤ ਹੈ ਪੁੱਤ, ਮੈਨੂੰ ਤਾਂ ਪਿਓ ਕਿਹਾ ਨਾ ਤੈਨੂੰ ਬੱਚਿਆਂ ਵਾਂਗ ਚੱਖਦਾ ਆ, ਹੈ ਨਾ? ਜੇ ਕੋਈ ਗੱਲਬਾਤ ਹੈ ਪੁੱਤ ਦੱਸ ਦਿੰਦੀ ਹਾਂ, ਠੀਕ ਹੈ? ਕੋਈ ਨਹੀਂ ਤਾਂ ਜੀ, ਬਸ ਮੈਂ ਤੁਹਾਨੂੰ ਮਿਲਣ ਆਈ ਸੀ, ਮੈਂ ਮਿਲ ਚੱਲੀ। ਹਾਂ ਚਲੋ ਠੀਕ ਆ, ਤੂੰ ਤਾਂ ਵਧੀਆ ਹੱਸਦੀ ਖੇਡਦੀ ਸੀ, ਗੱਲਾਂ ਬਾਤਾਂ ਕਰਦੀ ਸੀ, ਖੁੱਲ੍ਹ ਕੇ ਨਹੀਂ ਗੱਲ ਦੱਸ ਕੇ ਗਈ। ਚਲੋ ਸੁੱਖ ਹੋ ਗਏ, ਵਾਹਿਗੁਰੂ ਮਿਹਰ ਰੱਖੀ। ਮੈਂ ਤਾਂ ਇਹ ਕਹਿੰਦੀ ਸੀ ਜੀ ਚਾਹ ਹੀ ਪੀ ਜਾਂਦੇ ਹੋ, ਮੈਂ ਕਿਹਾ ਰੋਟੀ ਖਾ ਲਓ। ਰੋਟੀ ਮੈਂ ਘੱਟ ਹੀ ਖਾਣਾ ਹੁੰਦਾ, ਚਾਹ ਹੀ ਵੱਧ ਪੀਣਾ ਤੈਨੂੰ ਪਤਾ ਹੈ। ਚਾਹ ਤੇ ਜੋ ਰੱਖੀ ਰੱਖਦੇ ਹੋ, ਜਦ ਮਰਜ਼ੀ ਪੁੱਛ ਲੈ, ਰੋਟੀ ਨੂੰ ਤਾਂ ਹਾਂ ਹੀ ਨਹੀਂ ਕਰਦੇ। ਕੁਝ ਨਹੀਂ ਹੁੰਦਾ ਤੇ ਨਾਲੇ ਮੈਂ ਪੁੱਛਦੀ ਤੀ, ਮੈਂ ਉਹਦੇ ਨਾਲ ਬੰਟੀ ਨਾਲ ਕਰ ਲਿਆ ਸਾਹਿਬ। ਹਾਂ ਹੋ ਗਿਆ ਸਾਹਿਬ ਨਾਲ, ਕੱਲ ਹੋ ਗਿਆ ਸੀਗਾ। ਅੱਛਾ, ਉਹ ਦੋ ਗੇੜੇ ਮਾਰ ਕੇ ਵੱਗ ਗਿਆ, ਤੁਸੀਂ ਘਰੇ ਨਹੀਂ ਸੀਗੇ? ਉਹ ਚੱਲ ਹੁਣ ਤਾਂ ਆਤੀ ਹੈ ਗੇੜੇ ਮਾਰਨ ਦੀ, ਉਹ ਤਾਂ ਉਹੀ ਮਰ ਜਾਂਦਾ, ਸਾਰਾ ਦਿਨ ਫਿਰਦਾ ਰਹਿੰਦਾ ਹਲ ਹਲ ਕਰਦਾ। ਤੂੰ ਪੀ ਲਾ ਚਾਹ ਚੂ। ਮੈਂ ਤਾਂ ਰੋਟੀ ਖਾ ਲਈ, ਹੁਣ ਮੈਂ ਚਾਹ ਨਹੀਂ ਹਜੇ ਪੀਂਦੀ ਹੈਗੀ, ਮੈਂ ਤਾਂ ਤੁਹਾਡੀ ਰੋਟੀ ਬਣਾ ਕੇ ਰੱਖ ਦਿੰਦੀ ਹਾਂ, ਖਾਂਦੇ ਹੈ ਨਹੀਂ। ਮੈਂ ਤਾਂ ਕਹਿੰਦੀ ਜਿੱਤਾਂ ਉਦਾਸ ਜੀ ਕਦੋਂ ਰਹਿੰਦੀ ਆ। ਹਾਂਜੀ ਮੈਂ ਵੀ ਦੇਖੀ ਜਾਂਦੀ ਤੀ ਕਈ ਦਿਨਾਂ ਤੋਂ, ਪਤਾ ਨਹੀਂ ਕਿਉਂ ਜਿੱਤਾਂ ਉਦਾਸ ਜੀ ਹੈਗੀ। ਤੁਸੀਂ ਪੁੱਛ ਲਓ ਉਹਨੂੰ ਪਟਿਆ ਕੇ ਜੇ ਸਾਨੂੰ ਕੁਛ ਦੱਸਦੀ ਆ, ਮੈਂ ਤਾਂ ਪੁੱਛਿਆ ਸੀ, ਮੈਨੂੰ ਤਾਂ ਉਹਨੇ ਕੁਛ ਵੀ ਨਹੀਂ ਦੱਸਿਆ। ਉਹ ਮੈਂ ਤਾਂ ਡਰਦੀ ਹੈਗੀ, ਮੈਨੂੰ ਦੱਸ ਦੇਗੀ, ਤੈਨੂੰ ਦੱਸੂਗੀ ਤੂੰ ਪੁੱਛ ਲਿਆ ਕਰ। ਹਾਂ ਆ ਗਈ, ਹੋਰ ਪੁੱਤ ਕਿਵੇਂ ਆ? ਠੀਕ ਹੈ ਪੁੱਤਾਂ। ਲੈਮਾ ਤੁਸੀਂ ਤਾਂ ਐਂ ਪੁੱਛਦੇ ਹੋ ਜਿਵੇਂ ਮੈਂ ਕਿਤੋਂ ਆਈ ਹੋਵਾਂ, ਘਰੀ ਤਾਂ ਸੀਗੀ। ਨਹੀਂ ਪੁੱਤ, ਅਸੀਂ ਨਾ ਨੋਟ ਜੇ ਕਰਦੇ ਹਾਂ, ਤੂੰ ਕੁਛ ਦਿਨਾਂ ਤੋਂ ਪਰੇਸ਼ਾਨ ਜੀ ਲੱਗਦੀ ਆ, ਕੋਈ ਗੱਲ ਹੈਗੀ? ਨਾ ਮਾ ਕੋਈ ਗੱਲ ਨਹੀਂ। ਬਾਪੂ ਜੀ ਤੁਸੀਂ ਕਦੋਂ ਆਏ ਹੋ ਖੇਤ ਤੋਂ? ਮੈਂ ਤਾਂ ਹੁਣੇ ਆਇਆ ਜੀ ਬੇਟਾ। ਤੁਸੀਂ ਫੇਰ ਚਾਹ ਪੀਣ ਲੱਗੇ, ਰੋਟੀ ਕਿਉਂ ਨਹੀਂ ਦਿੰਦੇ? ਪੁੱਤ ਪੁੱਛਿਆ, ਜਮਾਂ ਨਹੀਂ ਕਹਿਣਾ ਮੰਨਦੇ ਹੈਗੇ, ਦੇਖੀ ਦੋ ਤਿੰਨ ਵਾਰ ਰੋਟੀ ਪੁੱਛ ਲੈ, ਨਹੀਂ ਖਾਂਦੇ ਹੀ ਨਹੀਂ ਹੈਗੇ। ਉਹ ਰੋਟੀ ਮੈਨੂੰ ਭੁੱਖ ਘੱਟ ਲੱਗਦੀ, ਤੈਨੂੰ ਪਤਾ ਹੈਗਾ, ਉੱਥੇ ਕੁਛ ਖਾ ਲੈਣੇ, ਮਰੂਦ ਮੰਗਵਾ ਖਾ ਲਏ, ਕਦੇ ਕੁਛ ਖਾ ਲਏ, ਖੇਤ ਐਂ ਚੱਲੀ ਜਾਂਦਾ। ਬਾਪੂ ਜੀ ਮੈਂ ਨਾ ਸਹੇਲੀ ਘਰੇ ਚੱਲੀ ਹਾਂ, ਠੀਕ ਆ? ਤੂੰ ਰੋਜ਼ ਹੀ ਸਹੇਲੀ ਘਰੇ ਜਾਇਆ ਕਰ, ਹੈਂ? ਘਰੇ ਵੀ ਕੰਮ ਕਰਾਇਆ ਕਰ ਤੇਰੀ ਮਾਸੀ ਨਾਲ, ਹੈਂ? ਕੰਮ ਕਰਾਇਆ ਨਹੀਂ ਮਾਂ ਮੈਂ। ਨਹੀਂ ਜੀ ਕਰਾਉਂਦੀ ਆ, ਇਹਨੂੰ ਮਾਂ ਪੀ ਨਹੀਂ ਕੰਮ ਕਰਨ ਦਿੰਦੀ, ਵੀ ਚੱਲ ਕੋਈ ਨਾ, ਇਹਦੀ ਹੱਸਣ ਖੇਡਣ ਦੀ ਉਮਰ ਆ, ਸਾਰੀ ਉਮਰ ਕੰਮ ਹੀ ਕਰਨਾ ਇਹਨੇ। ਚੱਲ ਚੰਗਾ ਤੂੰ ਐਂ ਕਰ, ਜਾਇਆ ਨਾ, ਤੇਰੀ ਟੈਨਸ਼ਨ ਦੂਰ ਹੋ ਜੂ, ਚੰਗਾ? ਚੱਲ ਜਾ ਕੇ ਜਾਇਆ ਹੁੰਦੇ, ਹੈ ਨਾ? ਜਾਇਆ ਪੁੱਤ ਛੇਤੀ ਆ ਜੀ, ਚੰਗਾ ਤਿਆਰ ਨਾ ਜਾਈ। ਠੀਕ ਆ, ਮੈਂ ਤਾਂ ਜਿਵੇਂ ਤੁਸੀਂ ਇੰਨੀ ਦੂਰ ਚੱਲੀ ਆ, ਇੱਥੇ ਤਾਂ ਹੈਗੀ ਆ ਮਾਂ ਮੈਂ। ਚੰਗਾ ਪੁੱਤ ਧਿਆਨ ਨਾਲ ਜਾਈ, ਚੰਗਾ? ਚੰਗਾ ਐਂ ਮਿਲਦੀ ਜਿਵੇਂ ਕੈਨੇਡਾ ਜਾਣਾ ਹੁੰਦਾ, ਜਾਣਾ ਤਾਂ ਇੱਥੇ ਹੈਲੀ ਕਰਿਆ। ਹੈਂ ਚਲੋ ਕੋਈ ਨਾ ਬਾਪੂ ਜੀ, ਫਿਰ ਤੁਸੀਂ ਕਿਹਾ ਕਰੋਗੇ ਕਿ ਮਿਲ ਕੇ ਨਹੀਂ ਗਈ ਕਦੇ। ਐਂ ਕਦੋਂ ਕਹਿੰਦੀ ਆ ਪਾਗਲ। ਫੋਨ ਕਰਦੀ ਪੁੱਤ ਜਾ ਕੇ। ਫੋਨ ਕਰਨ ਨੂੰ ਦੱਸ ਕੇ ਉਹ ਚੰਡੀਗੜ੍ਹ ਗਈ ਆ। ਨਹੀਂ ਜੀ ਫਿਕਰ ਤਾਂ ਰਹਿੰਦੀ ਆ, ਹੈ ਨਾ, ਤੁਹਾਨੂੰ ਪਤਾ ਹੀ ਆ। ਰੱਬਾ ਹੁਣ ਇੰਨਾ ਕੁਛ ਸਹਿਣ ਨਹੀਂ ਹੁੰਦਾ, ਹਰ ਵਾਰੀ ਧੋਖਾ, ਮੈਥੋਂ ਸਹਿਣ ਹੋ ਹੀ ਨਹੀਂ ਰਿਹਾ। ਮੈਂ ਵੀ ਤਾਂ ਤੇਰੀ ਬਣਾਈ ਹੋਈ ਆ ਨਾ, ਤੇ ਤੂੰ ਸਾਰੇ ਦੁੱਖ ਮੈਨੂੰ ਹੀ ਕਿਉਂ ਦਿੱਤੇ ਆ? ਮੈਨੂੰ ਤੂੰ ਆਪਣੇ ਕੋਲ ਲੈ ਜਾ, ਤੈਨੂੰ ਮੇਰੀ ਸਹੁੰ ਲੱਗੇ। ਜੇ ਤੂੰ ਮੈਨੂੰ ਹਜੇ ਵੀ ਜ਼ਿੰਦਗੀ ਦੇ, ਮੈਨੂੰ ਚਾਹੀਦੀ ਨਹੀਂ ਨਾ, ਕਿਉਂਕਿ ਤੂੰ ਮੇਰੀ ਜ਼ਿੰਦਗੀ 'ਚ ਸਾਰੀ ਚੀਜ਼ ਲਿਖ ਕੇ ਭੇਜਦੀ।
ਬਸ ਇੱਕ ਪਿਆਰ ਲਿਖਣਾ ਭੁੱਲ ਗਿਆ। ਕੀ ਗੱਲ, ਉਦੋਂ ਸੋ ਗਿਆ ਸੀ? ਯਾਰ ਜੀਤਾ ਨੂੰ ਸਾਰੀ ਸੱਚਾਈ ਦੱਸੀ ਦਿੰਦਾ। ਕਾਹਨੂੰ? ਜੀਤਾ, ਜੀਤਾ ਯਾਰ, ਮੈਂ ਤੈਨੂੰ ਅੱਜ ਸਾਰੀ ਸੱਚਾਈ ਦੱਸਣੀ ਆ। ਹੁਣ ਸਾਰੀ ਗੱਲ ਸੁਣਨਾ ਮੇਰੀ ਗੌਰ ਨਾਲ। ਮੈਂ ਤੇਰੇ ਨਾਲ ਬਥੇਰੇ ਧੋਖੇ ਕੀਤੇ ਆ, ਤੈਨੂੰ ਵੀ ਪਤੀ ਆ। ਹੁਣ ਮੈਂ ਤੇਰੇ ਨਾਲ ਹੋਰ ਕੋਈ ਧੋਖਾ ਨਹੀਂ ਕਰਨਾ ਚਾਹੁੰਦਾ ਹੈਗਾ ਨਾ। ਬਸ ਹੁਣ ਆਪਣੇ ਵਿਆਹ ਕਰਾ ਲੈਣਾ। ਵਿਆਹ ਕਰਵਾ ਕੇ ਨਾ ਘਰ ਰਿਹਾ ਕਰਾਂਗੇ, ਨਾਲੇ ਮਾਂ ਪਿਓ ਖੁਸ਼ ਆਪਣੇ। ਐਵੇਂ ਚੋਰੀ ਛੁੱਪੇ ਮਿਲਦੇ ਰਹਿਣੇ ਆ, ਉਹਦਾ ਡਰ ਉਹਦਾ ਡਰ। ਫਿਰ ਨਾਲੇ ਵਧੀਆ ਆਪਾਂ ਸ਼ੋਪਿੰਗ ਕਰਾਂਗੇ, ਨਜ਼ਾਰੇ ਲਿਆ ਕਰਾਂਗੇ। ਜੀਤਾ ਬੋਲਦੀ ਕਿਉਂ ਨਹੀਂ? ਦੀਦੀ ਹੁਣ ਵੀ ਗੁੱਸੇ ਹੋਈ ਬੈਠੀ ਆ, ਵਿਆਹ ਦੀ ਗੱਲ ਸੁਣ ਕੇ ਖੁਸ਼ ਨਹੀਂ ਹੁੰਦੀ ਗੀ। ਉਹ ਜੀਤਾ, ਓਏ ਜੀਤਾ, ਉਹ ਕੀ ਹੋ ਗਿਆ? ਉਹ ਜੀਤਾ, ਜੀਤਾ ਕੀ ਹੋ ਗਿਆ? ਓਏ ਉੱਠ ਜੀਤਾ, 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 ਓਏ ਉਹ ਕੀ ਹੋ ਗਿਆ ਤੈਨੂੰ? ਓ ਰੱਬਾ ਕੀ ਹੋ ਗਿਆ? ਓਏ ਸਾਲੀ ਕਿਸਮਤ ਵੀ। ਜੀਤਾ ਆ ਕੀ ਕਰ ਲੈਂਦਾ ਜੀਤਾ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਜੀ ਤੁਸੀਂ ਇਸ ਪਾਰਟਾਂ ਨੂੰ ਬਹੁਤ ਬਹੁਤ ਪਿਆਰ ਦਿੱਤਾ। ਬਾਕੀ ਤੁਸੀਂ ਲਾਈਕ ਕਮੈਂਟ ਕਰਨਾ ਜ਼ਰੂਰ ਕਰਿਓ, ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਅਤੇ ਬਾਕੀ ਤੁਸੀਂ ਆਪਣੇ 12ਵੇਂ ਪਾਰਟ ਤੱਕ ਤਾਂ ਤੁਸੀਂ ਦੇਖ ਹੀ ਲਿਆ ਹੋਣਾ, ਅਤੇ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ। ਅਤੇ ਬਾਕੀ ਅਸੀਂ ਇੱਕ ਇਹਦੇ ਵਿੱਚ ਚੈਲੇਂਜ ਰੱਖਿਆ ਵੀਡੀਓ ਦੇ ਵਿੱਚ, ਊਂ ਤਾਂ ਵੈਸੇ ਐਂਡ ਕਰਤਾ ਸੀ, ਊਂ ਸੀਜ਼ਨ 2 ਤੁਹਾਡੇ ਲਈ ਤਿਆਰ ਹੈ। ਜੇ ਸਾਡਾ ਚੈਲੇਂਜ ਅਕਸੈਪਟ ਕਰੋਗੇ ਤਾਂ ਨਾਲ ਦੀ ਨਾਲ ਅਸੀਂ ਸੀਜ਼ਨ 2 ਪਾਵਾਂਗੇ। ਅਤੇ ਚੈਲੇਂਜ ਇਹ ਹੈ, ਜੇ ਇਸ ਵੀਡੀਓ 'ਤੇ 12ਵੇਂ 'ਤੇ ਤੁਸੀਂ 15K ਲਾਈਕ ਕਰੋਗੇ ਅਤੇ 1000 ਕਮੈਂਟ ਕਰੋਗੇ ਤਾਂ ਨਾਲ ਦੀ ਨਾਲ ਸੀਜ਼ਨ 2 ਲੈ ਕੇ ਆਵਾਂਗੇ ਤੁਹਾਡੇ ਲਈ। ਬਾਕੀ ਆਪਣੇ ਰਹਿਮਤ ਜੀ ਬੋਲੋਗੇ। ਤੁਸੀਂ ਸੱਚੀ ਪਿਆਰ ਤਾਂ ਬਹੁਤ ਦਿੱਤਾ, ਪਰ ਜਿਵੇਂ ਗੈਵੀ ਨੇ ਕਿਹਾ ਉਵੇਂ ਕਰ ਦਿਓ, ਕਿਉਂਕਿ ਜੇ ਤੁਸੀਂ 15,000 ਲਾਈਕ ਕਰ ਦੋਗੇ ਅਤੇ 1,000 ਕਮੈਂਟ ਕਰ ਦੋਗੇ ਤਾਂ ਅਸੀਂ ਸੀਜ਼ਨ 2 ਰੈਡੀ ਆ ਸਮਝੋ ਤੁਹਾਡੇ ਲਈ, ਅਤੇ ਬਹੁਤ ਛੇਤੀ ਲੈ ਕੇ ਆਵਾਂਗੇ ਅਤੇ ਬਾ ਕਮਾਲ ਚੀਜ਼ ਹੋਊਗੀ। ਅਤੇ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਉਹਦੇ ਲਈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਅੱਗੇ ਵੀਰਾ ਵੀ ਦੱਸੂਗਾ ਕੁਛ, ਅਤੇ ਤੁਸੀਂ ਇਹ ਚੈਲੇਂਜ ਜ਼ਰੂਰ ਪੂਰਾ ਕਰ ਦਿਓ। ਜੇ ਤੁਸੀਂ ਜੀਤਾ ਨੂੰ, ਗੈਵੀ ਨੂੰ ਅਤੇ ਸਾਰੀ ਟੀਮ ਨੂੰ ਪਿਆਰ ਕਰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਇਹ ਜੋੜੀ ਫਿਰ ਤੋਂ ਸੀਜ਼ਨ 2 ਦੇ ਵਿੱਚ ਵੀ ਨਜ਼ਰ ਆਵੇ ਅਤੇ ਹੋਰ ਵੀ ਘੈਂਟ ਗੱਲਬਾਤ ਹੋਵੇ ਤਾਂ ਸੱਚੀ ਸਟੋਰੀ ਬਹੁਤ ਸੀਰਾ, ਅੱਗੇ ਵੀ ਚੈਲੇਂਜ ਐਕਸੈਪਟ ਕਰ ਲਓ। ਬਾਕੀ ਤੁਸੀਂ ਦੇਖ ਹੀ ਲਿਆ ਹੋਊਗਾ ਨਾ ਆਪਣਾ ਜਿਹੜਾ ਲਾਸਟ ਸੀਨ ਸੀ ਇਹਦਾ, ਵੀ ਜੀਤਾ ਉੱਥੇ ਉਹ ਡੈਥ ਹੋ ਗਈ, ਜੋ ਵੀ ਲਾ ਲਓ ਵੀ ਹੋ ਚੁੱਕੀ, ਤੁਹਾਨੂੰ ਤਾਂ ਪਤਾ ਨਹੀਂ ਅੱਗੇ ਕੀ ਹੋਣਾ, ਪਰ ਦੱਸਣਾ ਵੀ ਨਹੀਂ ਆਪਣੇ ਅੱਗੇ ਕੀ ਹੋ ਗਿਆ, ਕੀ ਹੋ ਗਿਆ। ਵੈਸੇ ਉੱਥੇ ਐਂਡ ਆ, ਬਸ ਸੀਜ਼ਨ 2 ਤਿਆਰ ਆ ਬਸ ਮਤਲਬ। ਅਤੇ ਬਾਕੀ ਆਪਣੇ ਟੀਮ ਦੇ ਮੈਂਬਰ ਦੱਸਣਗੇ, ਕਣਕ ਵਾਲਾ ਸਤਨਾਮ ਜੀ। ਅਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਨਾ, ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਇਹ ਸਾਰੇ ਪਾਰਟਾਂ ਨੂੰ, ਬਹੁਤ ਮਤਲਬ ਖੁਸ਼ੀ ਹੁੰਦੀ ਹੈ ਨਾ, ਤੁਸੀਂ ਹੌਸਲੇ ਦਿੱਤੇ ਨੇਗੇ। ਅਤੇ ਬਾਕੀ ਕਮੈਂਟ ਬਹੁਤ ਸੋਹਣੇ ਸੋਹਣੇ ਤੁਹਾਡੇ ਆਏ ਨੇਗੇ, ਕਈ ਮੰਨ ਕੇ ਚੱਲੋ ਹੈ ਨਾ, ਸਾਡੇ ਐਂਟੀ ਦੀ ਉਹਨਾਂ ਨੇ ਵੀ ਕਮੈਂਟ ਕਰੇ ਨੇ, ਚਲੋ ਕੋਈ ਗੱਲ ਨਹੀਂ, ਚੰਗੇ ਮਾੜੇ ਸਾਰੇ ਹੁੰਦੇ ਨੇਗੇ। ਅਤੇ ਵੈਸੇ ਕਮੈਂਟ ਬਹੁਤ ਸੋਹਣੇ ਆਏ ਨੇ ਤੁਹਾਡੇ, ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਬਣਾ ਕੇ ਰੱਖਿਓ, ਆਪਾਂ ਜਲਦੀ ਬਹੁਤ ਸੀਜ਼ਨ 2 ਲੈ ਕੇ ਆਵਾਂਗੇ। ਤੁਸੀਂ ਬਾਕੀ ਜਿਹੜੇ ਜਿਵੇਂ ਇਹਨਾਂ ਨੇ ਕਿਹਾ ਵੀ ਚੈਲੇਂਜ ਆ,
ਉਹ ਜ਼ਰੂਰ ਪੂਰਾ ਕਰੇ ਹਨਾ। ਤੇ ਜੇ ਤੁਸੀਂ ਸੱਚੀ ਮੁੱਚੀ, ਮੈਨੂੰ ਲੱਗਦਾ ਵੀ ਆ ਤੇ ਮੈਂ ਦੇਖ ਵੀ ਲਿਆ, ਜੇ ਤੁਸੀਂ ਸੱਚੀ ਜੀਤਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਨਾ, ਤਾਂ ਇਹ ਚੈਲੰਜ ਐਕਸੈਪਟ ਕਰ ਲਿਓ ਅਤੇ ਚੈਲੰਜ ਨੂੰ ਪੂਰਾ ਬਹੁਤ ਛੇਤੀ ਕਰ ਦਿਓ। ਬਾਕੀ ਬੇਅੰਤ ਵੀ ਦੇਖਦੇ ਹਾਂ ਕੀ ਕਹਿਣਾ ਚਾਹੁੰਦਾ। ਹਾਂਜੀ, ਬਾਕੀ ਆਪਾਂ ਤਾਂ ਸਾਰਿਆਂ ਦਾ ਧੰਨਵਾਦ ਹੀ ਕਰਨਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਨੇ ਬਹੁਤ ਸੋਹਣੀ ਸਪੋਰਟ ਬਣਾ ਕੇ ਰੱਖੀ ਹੋਈ ਹੈ। ਬਸ ਇਸ ਸਪੋਰਟ ਨੂੰ ਇਸ ਤਰ੍ਹਾਂ ਹੀ ਬਣਾ ਕੇ ਰੱਖੋ, ਦੱਬ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੇ ਆਪਣੇ ਸਾਰਿਆਂ ਕਰੋ, ਠੀਕ ਹੈ, ਇੱਦਾਂ ਚੱਲਦਾ ਰਹਿੰਦਾ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ, ਕਿਉਂਕਿ ਜੇ ਤੁਸੀਂ ਸ਼ੇਅਰ ਕਰਦੇ ਰਹੋਗੇ ਅੱਗੇ ਦੀ ਅੱਗੇ ਵੀਡੀਓ ਪਹੁੰਚਦੀ ਰਹੂਗੀ ਸਾਡੀ, ਤਾਂ ਜਿੰਨੇ ਲੋਕਾਂ ਤੱਕ ਜਾਊਗੀ ਤੁਹਾਡਾ ਚੈਲੰਜ ਵੀ ਉੱਦਾਂ ਹੀ ਪੂਰਾ ਹੁੰਦਾ ਜਾਊਗਾ। ਜੇ ਸੱਚੀ ਇਸ ਮੂਵੀ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਤਾਂ ਚੈਲੰਜ ਨੂੰ ਕਰ ਲਓ ਐਕਸੈਪਟ, ਅਤੇ ਅੱਗੇ ਹੁਣ ਤੁਸੀਂ ਇੱਕ ਵਾਰੀ ਤਾਂ ਦੇਖ ਲਈ ਕਿਹੜਾ, ਫਿਰ ਦੇਖ ਲਿਓ। ਸੋ ਬਾਕੀ ਕਮੀਆਂ ਪੇਸ਼ੀਆਂ ਦਾ ਦੱਸ ਦਿਓ ਵੀ ਹੁਣ ਤੱਕ ਜਿੰਨੇ ਵੀ ਪਹਿਲੇ ਪਾਰਟ ਤੋਂ ਲੈ ਕੇ ਹੁਣ ਤੱਕ ਪਾਰਟ ਦੇ ਕੋਈ ਹਨਾ ਵੀ ਕਮੀ ਪੇਸ਼ੀ ਹੋਵੇ ਹਨਾ, ਉਹ ਜ਼ਰੂਰ ਦੱਸ ਦਿਓ, ਫਿਰ ਆਪਾਂ ਜਿਹੜਾ ਸੀਜ਼ਨ 2 'ਚ ਆ ਵੀ ਉਹ ਆਪਾਂ ਉੱਦਾਂ ਦਾ ਕੋਈ ਸੁਧਾਰ ਕਰਾਂਗੇ ਹਨਾ। ਅਤੇ ਦੱਸਿਓ ਜ਼ਰੂਰ ਅਤੇ ਕਮੈਂਟ ਕਰਿਆ ਕਰੋ ਨਾ, ਅਤੇ ਲਾਈਕ ਜਿੰਨਾ ਕਰਦੇ ਹੋ ਸਾਨੂੰ ਉੱਨੀ ਪਿਆਰ ਹੌਸਲਾ ਮਿਲਦਾ, ਕਿਉਂਕਿ ਸਾਨੂੰ ਪਤਾ ਲੱਗਦਾ ਸਾਨੂੰ ਆਡੀਅੰਸ ਪਿਆਰ ਕਰਦੀ ਆ, ਅਸੀਂ ਤੁਹਾਡੇ ਲਈ ਬਣਾਉਂਦੇ ਹਾਂ ਹਨਾ, ਤੁਸੀਂ ਕਹਿੰਦੇ ਤਾਂ ਤੁਹਾਡੀ ਖਾਤਰ ਹੀ ਪਾਉਣਾ, ਅਤੇ ਨਵੇਂ ਨਵੇਂ ਕਨਸੈਪਟ ਇੱਦੀ ਲਿਆਉਂਦੇ ਰਹਾਂਗੇ ਇਸ ਚੈਨਲ ਦੇ, ਅਤੇ ਬਾਕੀ ਬਣੇ ਰਹੋ ਇਸ ਚੈਨਲ ਦੇ, ਅਤੇ ਬਾਕੀ ਰੱਬ ਰੱਖ ਹੈ। ਧੰਨਵਾਦ, ਤੁਹਾਡਾ ਬਾਬਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀਤਾਂ ਦੀ ਕਿਸਮਤ।